ਮੁੱਖ ਮੰਤਰੀ ਦੇ ਪਿੰਡ ਮਹਿਰਾਜ ਵਿੱਚ 17 ਅਪ੍ਰੈਲ ਦੀ ਰਾਤ ਹੋਏ ਦੋਹਰੇ ਕਤਲ ਕਾਂਡ ਦੀ ਗੁੱਥੀ ਪੁਲਿਸ ਨੇ ਸੁਲਝਾ ਲਈ ਹੈ। ਪੁਲਿਸ ਨੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਬਠਿੰਡਾ ਜ਼ੋਨ ਦੇ ਆਈਜੀ ਮੁਖਵਿੰਦਰ ਸਿੰਘ ਛੇਨਾ ਨੇ ਖੁਲਾਸਾ ਕੀਤਾ ਕਿ ਇਹ ਕਤਲ ਮ੍ਰਿਤਕਾ ਗੁਰਮੇਲ ਕੌਰ ਦੇ ਭਾਂਜੇ ਵੱਲੋਂ ਹੀ ਜ਼ਮੀਨ ਹਥਿਆਉਣ ਤੇ ਲੈ ਕੀਤਾ ਗਿਆ ਸੀ। ਪੁਲਿਸ ਮੁਤਾਬਕ ਮ੍ਰਿਤਕ ਜੋੜੇ ਹਰਪਾਲ ਸਿੰਘ ਤੇ ਗੁਰਮੇਲ ਕੌਰ ਦੀ ਆਪਣੀ ਕੋਈ ਔਲਾਦ ਨਹੀਂ ਸੀ। ਉਸ ਨੇ ਆਪਣੀ ਭੈਣ ਦੇ ਪੁੱਤਰ ਨੂੰ ਤਕਰੀਬਨ 1 ਸਾਲ ਤੋਂ ਆਪਣੇ ਘਰ ਰੱਖਿਆ ਹੋਇਆ ਸੀ। ਹਰਪਾਲ ਸਿੰਘ ਦੇ ਕੋਲ 8 ਕਿੱਲੇ ਜ਼ਮੀਨ ਸੀ ਅਤੇ ਨਰਿੰਦਰ ਦੇ ਮਨ ਵਿੱਚ ਲਾਲਚ ਆ ਗਿਆ। ਉਸ ਨੇ ਆਪਣੇ ਮਾਸੀ ਅਤੇ ਮਾਸੜ ਨੂੰ ਮੌਤ ਦੇ ਘਾਟ ਉਤਾਰਨ ਦੀ ਸਕੀਮ ਬਣਾਈ ਅਤੇ ਨਾਲ ਦੇ ਰਹਿੰਦੇ ਪਿੰਡ ਦੇ ਵਿੱਚੋਂ ਇੱਕ ਵਿਅਕਤੀ ਨੂੰ ਵੀ ਆਪਣੇ ਨਾਲ ਜ਼ਮੀਨ ਦੇਣ ਦਾ ਲਾਲਚ ਦੇ ਕੇ ਮਿਲਾ ਲਿਆ। ਪੇਸ਼ਗੀ ਵਜੋਂ 30,000 ਰੁਪਏ ਵੀ ਦਿੱਤੇ ਗਏ ਅਤੇ ਬਾਅਦ ਵਿੱਚ ਦੋਵਾਂ ਨੇ ਹਰਪਾਲ ਸਿੰਘ ਦੇ ਘਰ ਵੜ ਕੇ ਉਹਨਾਂ ਦਾ ਕਤਲ ਕਰ ਦਿੱਤਾ। ਹੋ ਗਿਆ ਜਿਸ ਨੂੰ ਰਾਤ ਦੋ ਅਣਪਛਾਤੇ ਆਦਮੀ ਬਲੰਟ ਵੈਪਨਸ ਨਾਲ ਮਾਰ ਕੇ ਚਲੇ ਗਏ। ਸੋ ਉਹ ਕੇਸ ਦੀ ਇਨਵੈਸਟੀਗੇਸ਼ਨ ਦੌਰਾਨ ਕੇਸ ਟ੍ਰੇਸ ਹੋ ਗਿਆ ਅਤੇ ਦੋ ਮੁਲਜ਼ਮ ਫੜੇ ਗਏ। ਇੱਕ ਤਾਂ ਮਰਨ ਵਾਲੇ ਦਾ ਸਕਾ ਭਣੇਵਾ ਨਿਕਲਿਆ ਨਰਿੰਦਰ ਸਿੰਘ, ਇੱਕ ਉਸਨੇ ਨਾਲ ਸੁਪਾਰੀ ਦੇ ਕੇ ਇੱਕ ਸਾਥੀ ਹੋਰ ਸੀਗਾ ਗੁਰਸੇਵਕ ਸਿੰਘ ਜੋ ਕਿ ਕ੍ਰਿਮੀਨਲ ਬੈਕਗਰਾਊਂਡ ਦਾ ਆਦਮੀ ਹੈ, ਬਹੁਤ ਸਾਰੇ ਮੁਕੱਦਮੇ ਦਰਜ ਹੈ। ਇਹਨਾਂ ਦੋਨਾਂ ਨੇ ਰਲ ਕੇ ਜਿਹੜਾ ਇਹ ਆਪਣੇ ਮਾਸੀ ਮਾਸੜ ਦਾ ਕਤਲ ਕੀਤਾ। ਨਰਿੰਦਰ ਨੇ ਗੁਰਸੇਵਕ ਨੂੰ ਸੁਪਾਰੀ ਦਿੱਤੀ ਪਹਿਲਾਂ 30,000 ਦੀ, ਨਾਲ ਉਹਨੇ ਇਹ ਵੀ ਕਿਹਾ ਕਿ ਮੈਂ ਜ਼ਮੀਨ ਮੇਰੇ ਨਾਲ ਲੱਗ ਜਾਣੀ ਹੈ, ਇਹ ਜ਼ਮੀਨ ਵੇਚ ਕੇ ਮੈਂ 26 ਲੱਖ ਦੇ ਕਰੀਬ ਕਿੱਲਾ ਇੱਥੇ ਹੈਗਾ ਉਹ ਮੈਂ ਤੈਨੂੰ ਦੇ ਦੇਵਾਂਗਾ ਬਾਅਦ ਦੇ ਵਿੱਚ। ਇਸ ਪਲੈਨਿੰਗ ਦੇ ਤਹਿਤ ਇਹਨਾਂ ਜਿਹੜਾ ਕਤਲ ਕੀਤਾ ਅਤੇ ਮੁਲਜ਼ਮ ਅਸੀਂ ਅਰੈਸਟ ਕਰ ਲਏ ਅਤੇ ਸਾਡਾ ਕੇਸ ਜਿਹੜਾ ਬਲਾਈਂਡ ਮਰਡਰ